ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਕਹਿੰਦੇ ਨੇ ਹਰ ਗੁਣ ਗਾਵੋ ਸਦਾ ਸੁਭਾਈ ਅਸੀਂ ਨਹੀਂ ਕਰਦੇ, ਕਿਉਂਕਿ ਸਦਾ ਨਹੀਂ ਹੁੰਦਾ, ਕਦੇ ਕਦੇ ਹੁੰਦਾ, ਕਦੇ ਹੁੰਦਾ ਕਦੇ ਨਹੀਂ ਹੁੰਦਾ। ਇਸ ਕਰਕੇ ਮਨ ਚ ਦੇ ਫਲ ਵੀ ਕਦੇ ਹੁੰਦੇ ਨੇ, ਕਦੇ ਨਹੀਂ ਹੁੰਦੇ। ਤੇ ਸਤਿਗੁਰ ਗੇਵਰਵਾਜ ਪਾਤਸ਼ਾਹ ਜੀ ਪ੍ਰਮਾਣ ਕਰਦੇ, ਜੇ ਹਮੇਸ਼ਾ ਚਾਹੁੰਦਾ ਹੈ ਇਨਸਾਨ ਤਾਂ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਹਰ ਗੁਣ ਗਾਵੋ ਸਦਾ ਸੁਭਾਈ, ਸਦਾ ਉਸ ਮਾਲਕ ਨੂੰ ਚੇਤੇ ਰੱਖੀਏ, ਤਾਂ ਕਿ ਸਾਡੀਆਂ ਜੀਵਨ ਦੀਆਂ ਸਾਰੀਆਂ ਲੋੜਾਂ ਉਹ ਮਾਲਕ ਆਪਣੇ ਆਪ ਸਾਨੂੰ ਬਖਸ਼ਿਸ਼ ਕਰਦਾ ਹੋਇਆ ਸਾਡੇ ਤੇ ਰਹਿਮ ਕਰਦਾ ਹੋਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।